ਹਾਂਜੀ ਸਟਾਰ ਬੱਚੇ ਨਾਲ ਜੋ ਬੋਲੀ ਮਾਂ ਬੋਲੀ ਮਾਂ ਬੋਲਦੀ ਹੈ ਇਸ ਨੂੰ ਹੀ ਅਸੀਂ ਮਾਂ ਬੋਲੀ ਕਹਿੰਦੇ ਹਾਂ ਮਾਂ ਦਾ ਬੱਚੇ ਦੇ ਬੋਲਾਂ ਤੇ ਉਂਗਲੀ ਰੱਖ ਰੱਖ ਛੋਟੇ ਛੋਟੇ ਬੋਲ ਬੋਲਣਾ ਬੱਚੇ ਦਾ ਮਾਂ ਬੋਲੀ ਦੀ ਸਿੱਖਿਆ ਦਾ ਪਹਿਲਾ ਸਕੂਲ ਹੈ ਮਾਂ ਬੋਲਦੀ ਹੈ ਬੱਚਾ ਹੰਗਾਰਾ ਪਰਦਾ ਹੈ ਇੰਜ ਸਿੱਖਣ ਤੇ ਸਿਖਾਉਣ ਦਾ ਅਮਲ ਮਾਂ ਪੁੱਤਰ ਦੇ ਵਿਚਕਾਰ ਸ਼ੁਰੂ ਹੁੰਦਾ ਹੈ ਡੰਡ ਬੋਲੀ ਪੁੱਛਦੀ ਹੈ ਬੋਲੀ ਤਸਦੀ ਹੈ ਮਨਤੀ ਮਰਸੀ ਬੋਲੀ ਨਾਲ ਹੀ ਜ਼ਾਹਿਰ ਹੁੰਦੀ ਹੈ ਜ਼ੁਬਾਨ ਕਹਿੰਦੀ ਹੈ ਜ਼ੁਬਾਨ ਕਹਾਉਂਦੀ ਹੈ ਬੋਲੀ ਮਿੱਠੀ ਵੀ ਹੈ ਜੋ ਦਿਲਾਂ ਨੂੰ ਮੋਹ ਕੇ ਸੱਜਣ ਬਣਾ ਦਿੰਦੀ ਹੈ ਬੋਲੀ ਦੇ ਕੌੜੇ ਬੋਲ ਦਿਲਾਂ 'ਚ ਨਫ਼ਰਤ ਤੇ ਦੂਰੀਆਂ ਬਣਾ ਕੇ ਸੱਜਣਾ ਨੂੰ ਦੁਸ਼ਮਣ ਵੀ ਬਣਾ ਸਕਦੀ ਹੈ ਪਿਆਰ ਭਰੀ ਬੋਲੀ ਬਾਗਾਂ 'ਚ ਪਈਆਂ ਪੀਂਗਾ ਵਾਂਗੂ ਬਹਾਰਾਂ ਦੀਆਂ ਫਿਜ਼ਾ ਵਿੱਚ ਹੁਲਾਰੇ ਦਿੰਦੀ ਹੈ ਪੱਤ ਝੜਾਂ ਦਾ ਸਹਮਣਾ ਕਰਨ ਦਾ ਜੇਰਾ ਵੀ ਬੋਲੀ ਹੀ ਦਿੰਦੀ ਹੈ ਮਿੱਠੀ ਤੇ ਪਿਆਰ ਭਰੀ ਬੋਲੀ ਮਾਂ ਬੋਲੀ ਪੰਜਾਬੀ ਰਾਹੀਂ ਕੀਤੇ ਕਾਲ ਤੇਕਰਾਰ ਪੰਜਾਬ ਦੇ ਪੰਜ ਦਰਿਆਵਾਂ ਦੀਆਂ ਦਾ ਸਤਾਨਾ ਬਣ ਜਾਂਦੇ ਹਨ ਡੰਡ ਕੋਈ ਰਾਂਜਾ ਤੇ ਹੀਰ ਬਣ ਜਾਂਦੇ ਹਨ ਕੋਈ ਸੋਹਣੀ ਤੇ ਮਹੀਂ ਵਲ ਬਣ ਜਾਂਦੇ ਹਨ ਤੇ ਕੋਈ ਮਿਰਸਾ ਤੇ ਸਹਿਬਾ ਬਣ ਜਾਂਦੇ ਹਨ ਡੰਡ ਇਹ ਮਾਂ ਬੋਲੀ ਕਈ ਵਾਰਿਸ਼ਾ ਕਈ ਬੁੱਲੇ ਸ਼ਾ ਤੇ ਮੀਆਂ ਮੁਹੰਮਦ ਬਖਸ਼ ਦਾ ਰੂਪ ਧਾਰ ਲੈਂਦੀ ਹੈ ਇੱਕ ਦਿਨ ਅਜਿਹਾ ਜ਼ਰੂਰ ਆਏਗਾ ਜਜਤੋ ਮਾਂ ਬੋਲੀ ਦੀ ਮਿਠਾਸ ਤੂੰਆ ਪੰਜਾਬਾਂ ਦੇ ਪੰਜਾਬੀਆਂ ਨੂੰ ਜੋੜ ਦੇਵੇਗੀ ਪੈਰਾ ਗੁਰੂਆਂ ਪੀਰਾਂ ਫਕੀਰਾਂ ਦਾ ਇਹ ਪੰਜਾਬ ਦੋ ਹੋ ਕੇ ਵੀ ਇੱਕ ਹੋ ਜਾਏਗਾ ਪੰਜਾਬ ਦੀ ਵੰਡ ਕਰਨ ਪੰਜਾਬ ਤੇ ਪੰਜਾਬੀਆਂ ਦੇ ਹੱਕ ਤੇ ਲੱਗਣ ਵਾਲੇ ਗੰਭੀਰ ਜ਼ਖਮ ਸਾਟੀ ਮਾ ਬੋਲੀ ਦੀ ਸ਼ਹਿਦ ਭਰੀ ਮਿਠਾਸ ਨਾਲ ਹੌਲੀ ਹੌਲੀ ਫਿਰ ਪਰ ਜਾਣਗੇ ਖੁੱਲਾ ਜ਼ਖਮ ਜਦ ਪਰ ਜਾਂਦਾ ਹੈ ਤਾਂ ਫਿਰ ਜੁੜ ਜਾਂਦਾ ਹੈ 2008 ਤੇ 2019 ਨੂੰ ਸੰਯੁਕਤ ਰਾਸ਼ਟਰ ਵੱਲੋਂ ਇਲਾਕਾਈ ਜ਼ੁਬਾਨਾਂ ਦਾ ਸਾਲ ਕਿਹਾ ਗਿਆ ਸੀ 2022 ਤੇ 2032 ਦੇ ਦਹਾਕਿਆਂ ਨੂੰ ਵੀ ਮੁਕਾਮੀ ਇਲਾਕਾਈ ਜ਼ੁਬਾਨਾਂ ਦੇ ਸਾਲ ਕਿਹਾ ਗਿਆ ਹੈ ਸੰਯੁਕਤ ਰਾਸ਼ਟਰ ਵੱਲੋਂ ਖੇਤਰੀ ਜ਼ਬਾਨਾਂ ਨੂੰ ਸੁਰੱਖਿਅਤ ਤੇ ਜ਼ਿੰਦਾ ਰੱਖਣ ਤੇ ਇਹਨਾਂ ਦੇ ਵਿਕਾਸ ਲਈ ਇਹ ਇੱਕ ਬਹੁਤ ਵੱਡਾ ਪੈਰ ਪੁੱਟਿਆ ਗਿਆ ਹੈ ਇਸ ਸਮੇਂ ਵਿਸ਼ਵ ਭਰ ਚ 6000 ਤੋਂ ਵੱਧ ਜ਼ੁਬਾਨਾਂ ਬੋਲੀਆਂ ਜਾ ਰਹੀਆਂ ਹਨ ਪਰ ਇਹਨਾਂ ਵਿੱਚੋਂ ਬਹੁਤ ਸਾਰੀਆਂ ਖੇਤਰੀ ਜ਼ੁਬਾਨਾਂ ਕਮਜ਼ੋਰ ਹੋ ਕੇ ਖਤਮ ਹੋਣ ਦੇ ਲਾਗੇ ਪਹੁੰਚ ਗਈਆਂ ਹਨ ਡੰਡੇ ਜਿਵੇਂ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ ਓਵੇਂ ਹੀ ਸਾਮਰਾਜੀ ਸ਼ਕਤੀਸ਼ਾਲੀ ਮੁਲਕਾਂ ਦੀਆਂ ਕੌਮਾਂ ਦੀਆਂ ਜ਼ੁਬਾਨਾਂ ਛੋਟੀਆਂ ਖੇਤਰੀ ਜ਼ੁਬਾਨਾਂ ਨੂੰ ਖਾਏ ਜਾ ਰਹੀਆਂ ਹਨ ਡੰਡੇ ਛੋਟੀਆਂ ਜ਼ੁਬਾਨਾਂ ਨੂੰ ਖਾਣ ਦਾ ਇਹੇ ਅਮਲ ਖੇਤਰੀ ਤਾਲੀਮੀ ਅਦਾਰਿਆਂ ਚ ਪੜੀ ਲਿਖੀ ਅਮੀਰ ਸੁਸਾਇਟੀ ਰਾਹੀਂ ਤੇਜ਼ੀ ਨਾਲ ਫੈਲ ਰਿਹਾ ਹੈ ਜਿਵੇਂ ਪੰਜਾਬੀ ਜ਼ੁਬਾਨ ਚ ਅੰਗਰੇਜ਼ੀ ਸੰਸਕ੍ਰਿਤ ਆਰਪੀ ਤੇ ਦੂਜੀਆਂ ਜ਼ੁਬਾਨਾਂ ਦੇ ਸ਼ਬਦ ਤੇਜ਼ੀ ਨਾਲ ਦਾਖਲ ਹੋ ਕੇ ਪੰਜਾਬੀ ਮਾਂ ਬੋਲੀ ਦੇ ਸ਼ਬਦਾਂ ਨੂੰ ਖਾਈ ਜਾ ਰਹੇ ਹਨ ਸਟਾਪ